بسم اللہ الرحمن الرحیم۔ السلام علیکم دوستو اور بزرگو۔ دوستو، ایک میں روٹین دی طرح تہاڈی خدمت دے وچ حاضر ہویا ہاں۔ اس پھل نوں میرا خیال ہے تقریباً تے تسی جاندے ہی ہو گے، اگر نہیں جاندے تے میں تانوں اس دی شناخت کروا دینا تھوڑی جی۔ کہ اے دیکھو، اے پپیتا ہے، پپیتا یہ سبز رنگ دے وچ بھی ہلکے جے جو ہوندا ہے، اور اے تھوڑا جا پیلے کلر چ بھی، یعنی کہ اگر اے جدو پک جاندا ہے کھان دے قابل صحیح ہوندا ہے، اس ٹائم ایندا اے کلر ہوندا ہے جڑا تسی دیکھ رہے ہو۔ دوستو، اس دا جڑا ہے پودا ہے وہ ایک چھتری نما ہوندا ہے، اور اس پودے وچ ایک خاصیت یہ ہوندی ہے کہ یہ ایک پودا لگیا ہوئے تو اس نوں پھل نہیں لگتا۔ ہاں اگر لگ جائے تو وہ ڈگ جاتا ہے۔ اس کی وجہ یہ ہے کہ یہ اندے وچ ایک نر ہوندا ہے اور ایک مادی ہوندی ہے، یعنی کہ ایک پودا نر ہوندا ہے اور ایک مادی ہوندی ہے، اور انہاں نوں کٹھیاں نوں لگاؤ گے تو اس دے نال جڑا کہ جلدی پھل لگدا ہے اور بہتر لگدا ہے۔ اور اس دی پہچان اے وے کہ نر اور مادی پودے دے فل جڑے نے وہ علیحدہ علیحدہ ہوندے نے، یعنی کہ جڑا نر ہوندا ہے، یعنی کہ جڑا نر پودا ہوندا ہے اس دے لمبے اور لٹکے ہوئے لمبے گچھیاں دی شکل دے وچ ہوندے نے، اور جڑا مادہ پودا ہوندا ہے اس دے چھوٹے چھوٹے، یعنی کہ اس دے پتے جڑے نے وہ چھوٹے ہوندے نے، تے اس نوں پھل بھی جڑا ہے وہ چھوٹا لگدا ہے۔ دوستو، اور اس دا کلر جڑا ہے وہ سبز بھی ہوندا ہے جس طرح کہ میں تانوں پہلے دس چکیا ہاں، اور زردی مائل بھی ہوندا ہے۔ سبز جڑا ہے وہ کچا ہوندا ہے، اور جڑا زردی مائل یا سرخی مائل ہوندا ہے وہ پک جاندا ہے۔ اور اے ساڈے اس ملک وچ پاکستان دے وچ اتنا زیادہ نہیں ہوندا، لیکن کاشت دی ہوندی ہے لیکن زیادہ نہیں ہوندی۔ لیکن اے یورپ دے وچ، یورپ کنٹریاں دے وچ ان دی کاشت جڑی ہے کاشت او زیادہ ہوندی ہے۔ یہ پپیتا جڑا ہے یہ کھایا جاتا ہے، اور ان کا ذائقہ جڑا ہے وہ ہلکا جہا شیریں ہوتا ہے اور بد مزہ جہا ہوتا ہے، لیکن بد مزہ بھی ہوتا ہے لیکن ان کے فائدے بہت زیادہ ہوتے ہیں۔ اور اس دی تاثیر جڑی ہے وہ ٹھنڈی ہوندی ہے، سرد ہوندی ہے، تار ہوندی ہے، یعنی کہ
ਔਰ ਜ਼ਿਆਦਾ ਤਲਖੀ ਦੇ ਵਿੱਚ ਨਹੀਂ ਹੁੰਦਾ। ਔਰ ਦੋਸਤੋ ਇਸ ਦਾ ਫਾਇਦਾ ਇਹ ਵੀ ਕਿ ਇਹਨੂੰ ਸ਼ੂਗਰ ਵਾਲੇ ਮਰੀਜ਼ ਨੂੰ ਵੀ ਦਿੱਤਾ ਜਾਵੇ ਤਾਂ ਉਸਦੇ ਵਾਸਤੇ ਵੀ ਬਿਹਤਰ ਹੈ। ਯਾਨੀ ਕਿ ਇਹਦੇ ਫਾਇਦੇ ਜਿਹੜੇ ਨੇ ਸ਼ੂਗਰ ਵਾਲੇ ਮਰੀਜ਼ ਵਾਸਤੇ ਵੀ ਬਿਹਤਰ ਹੈ, ਔਰ ਅਗਰ ਇਹ ਰੀਹ ਵਾਲੇ ਮਰੀਜ਼ ਨੂੰ ਦਿੱਤਾ ਜਾਵੇ ਤਾਂ ਉਸ ਨੂੰ ਵੀ ਅੱਛਾ ਫਾਇਦਾ ਕਰਦਾ ਹੈ। ਔਰ ਇਹ ਫਲ ਜਿਹੜਾ ਹੈ ਇਹ ਖਾਣ ਦੇ ਲਿਹਾਜ਼ ਵਿੱਚ ਵੀ ਮਲੱਜਨ ਹੈ, ਔਰ ਜਿਹੜੀ ਚੀਜ਼ ਮਲੱਜਨ ਹੁੰਦੀ ਹੈ ਉਹ ਰੀਹ ਨੂੰ ਠੀਕ ਕਰਦੀ ਹੈ। ਔਰ ਦੋਸਤੋ ਇਸਦਾ ਖਾਣਾ ਜਿਹੜਾ ਹੈ ਇਸਦੇ ਖਾਣ ਦੇ ਨਾਲ ਮੈਦਾ ਜਿਹੜਾ ਹੈ ਉਹ ਗੁਜ਼ਾ ਹਜ਼ਮ ਜਲਦੀ ਕਰਦਾ ਹੈ, ਭੁੱਖ ਜਿਹੜੀ ਹੈ ਉਹ ਜ਼ਿਆਦਾ ਲੱਗਦੀ ਹੈ। ਔਰ ਉਸਦਾ ਅਗਲਾ ਇਹ ਫਾਇਦਾ ਹੈ ਕਿ ਇਹ ਪੱਥਰੀ ਨੂੰ ਵੀ ਤੋੜਦਾ ਹੈ, ਅਤੇ ਪੱਥਰੀ ਨੂੰ ਤੋੜਨ ਦੇ ਨਾਲ ਨਾਲ ਇਹਦਾ ਅਗਲਾ ਇਹ ਫਾਇਦਾ ਹੁੰਦਾ ਹੈ ਕਿ ਇਹ ਪੇੜ ਦੇ ਕੀੜਿਆਂ ਵਾਸਤੇ ਵੀ ਬਹੁਤ ਬਿਹਤਰ ਹੈ। ਯਾਨੀ ਕਿ ਪੇੜ ਦੇ ਕੀੜਿਆਂ ਨੂੰ ਮਾਰਦਾ ਹੈ, ਜਿਹੜੇ ਕਿ ਕੱਦੂ ਕੀੜੇ ਵੀ ਬਣ ਜਾਂਦੇ ਨੇ ਉਹਨਾਂ ਨੂੰ ਖਤਮ ਕਰਦਾ ਹੈ। ਔਰ ਦੋਸਤੋ ਇਸ ਦਾ ਜਿਹੜਾ ਕੱਚਾ ਪਪੀਤਾ ਹੁੰਦਾ ਹੈ ਉਸਦਾ ਦੁੱਧ ਜਿਹੜਾ ਹੈ ਉਹ ਖਰਾਸ਼ ਪੈਦਾ ਕਰਦਾ ਹੈ, ਔਰ ਉਸਦਾ ਫਾਇਦਾ ਇਹ ਹੈ ਕੱਚੇ ਪਪੀਤੇ ਦਾ ਇਹ ਫਾਇਦਾ ਹੁੰਦਾ ਹੈ ਕਿ ਉਸਦਾ ਦੁੱਧ ਤੁਸੀਂ ਕਿਸੇ ਵੀ ਦਾਦ ਯਾਨੀ ਕਿ ਚੰਬਲ 'ਤੇ ਉਸਦਾ ਦੁੱਧ ਜਿਹੜਾ ਤੁਸੀਂ ਲਗਾਓ ਅਤੇ ਉਹ ਚੰਬਲ ਦੀ ਬਿਮਾਰੀ ਜਿਹੜੀ ਹੈ ਉਹ ਜਾਂਦੀ ਰਹਿੰਦੀ ਹੈ, ਉਹ ਠੀਕ ਹੋ ਜਾਂਦੀ ਹੈ। ਔਰ ਇਸ ਤੋਂ ਅਗਲਾ ਫਾਇਦਾ ਇਹਦਾ ਇਹ ਵੇ ਕਿ ਉਹ ਕੱਚੇ ਪਪੀਤੇ ਦਾ ਜਿਹੜਾ ਪਾਣੀ ਦੁੱਧ ਨਿਕਲਦਾ ਹੈ ਉਸਦੇ ਵਿੱਚੋਂ ਉਸਦਾ ਕੱਪੜਾ ਤਰ ਕਰਕੇ ਉਹ ਔਰਤਾਂ ਹਮੂਲ ਕਰਦੀਆਂ ਨੇ, ਯਾਨੀ ਕਿ ਇਹ ਮਦਰੇ ਹੈਜ਼ ਮਸਕਤ ਅਤੇ ਹਮਲ ਹੈ। ਔਰ ਇਹਦਾ ਇੱਕ ਹੋਰ ਇਹ ਫਾਇਦਾ ਹੈ ਦੋਸਤੋ ਕਿ ਇਸਦਾ ਕੱਪੜਾ ਤਰ ਕਰਕੇ ਕਿ ਉਹ ਔਰਤਾਂ ਅੰਦਾਮੇ ਨਹਾਣੀ ਦੇ ਵਿੱਚ ਰੱਖਿਆ ਜਾਂਦਾ ਹੈ ਅਤੇ ਉਸ ਦੇ ਨਾਲ ਮਸਲਾ ਜਿਹੜਾ ਨਾ ਉਹ ਠੀਕ ਹੋ ਜਾਂਦਾ ਹੈ। ਔਰ ਦੋਸਤੋ ਇਹਦੇ ਇਸਤੇਮਾਲ ਦੇ ਨਾਲ ਇਸ ਪਪੀਤੇ ਦੇ ਫਲ ਦੇ ਇਸਤੇਮਾਲ ਦੇ ਨਾਲ ਬਦ ਹਜ਼ਮੀ ਵੀ ਜਿਹੜੀ ਹੈ ਉਹ ਬਹੁਤ ਬਿਹਤਰ ਹੁੰਦੀ ਹੈ। ਯਾਨੀ ਕਿ ਮੈਦੇ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਮੈਦੇ ਵਾਸਤੇ ਬਹੁਤ ਅੱਛਾ ਹੈ, ਔਰ ਇਸ ਤੋਂ ਇਲਾਵਾ ਖੂਨੀ ਬਵਾਸੀਰ ਨੂੰ ਵੀ ਬਿਹਤਰ ਫਾਇਦਾ ਕਰਦਾ ਹੈ, ਔਰ ਦਾਇਮੀ ਕਬਜ਼ ਵਾਸਤੇ ਵੀ ਬਹੁਤ ਬਿਹਤਰ ਸਾਬਤ ਹੋਇਆ ਹੈ। ਔਰ ਜਿਹੜਾ ਕੱਚਾ ਪਪੀਤਾ ਹੁੰਦਾ ਹੈ ਉਸਦਾ ਅਚਾਰ ਵੀ ਬਣਾਇਆ ਜਾਂਦਾ ਹੈ, ਉਹ ਅਚਾਰ ਵਿੱਚ ਵੀ ਸ਼ਾਮਿਲ ਕੀਤਾ ਜਾਂਦਾ ਹੈ ਕਿ ਜਿਸ ਦਾ ਅਚਾਰ ਜਿਹੜਾ ਹੈ ਉਹ ਅਚਾਰ ਅਮਰਾਜ਼ੇ ਤਹਾਲ ਵਾਸਤੇ ਬਹੁਤ ਮੁਫੀਦ ਹੈ। ਔਰ ਦੋਸਤੋ ਇੱਕ ਇਹਦਾ ਟੋਟਕਾ ਵੀ ਹੋਰ ਬਹੁਤ ਅੱਛਾ ਹੈਗਾ ਹੈ ਕਿ ਜਿਹੜਾ ਕਿ ਅਗਰ ਤੁਸੀਂ ਕੋਈ ਹਾਂਡੀ ਪਕਾ ਰਹੇ ਹੋ ਮਸਲਨ ਗੋਸ਼ਤ ਹੈਗਾ ਕਿ ਉਹ ਗਲ ਨਹੀਂ ਰਹੇ ਜੀ, ਖੂਨੀ ਬਵਾਸੀਰ ਔਰ ਦਾਇਮੀ ਕਬਜ਼ ਵਾਸਤੇ ਬਹੁਤ ਬਿਹਤਰ ਹੈ।
ਔਰ ਤੁਹਾਨੂੰ ਮੈਂ ਦੱਸ ਰਿਹਾ ਸੀ ਇਸ ਤੋਂ ਇਲਾਵਾ ਕਿ ਇਹ ਜਿਹੜਾ ਸਬਜ਼ ਪਪੀਤਾ ਜਿਹੜਾ ਨਾ ਉਹ ਗੋਸ਼ਤ ਨੂੰ ਗਾਲਣ ਵਾਸਤੇ ਬਹੁਤ ਮੁਫੀਦ ਹੈ। ਔਰ ਯਾਨੀ ਕਿ ਗੋਸ਼ਤ ਨੂੰ ਗਲਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਔਰ ਇਸ ਦੇ ਜਿਹੜੇ ਬੀਜ ਹੁੰਦੇ ਨੇ ਔਰ ਉਹ ਵੀ ਪੇਟ ਦੇ ਕੀੜੇ ਜਿਹੜੇ ਨੇ ਉਹਨਾਂ ਨੂੰ ਮਾਰਨ ਦੀ ਸਲਾਹੀਅਤ ਰੱਖਦੇ ਨੇ। ਔਰ ਉਸਦੇ ਇਸਤੇਮਾਲ ਦੇ ਨਾਲ ਇਹ ਚੀਜ਼ ਹੁੰਦੀ ਹੈ ਕਿ ਉਹ ਕੀੜੇ ਮਰ ਕੇ ਅਤੇ ਖਾਰਜ ਹੋ ਜਾਂਦੇ ਨੇ, ਯਾਨੀ ਕਿ ਉਹ ਪਖਾਨੇ ਦੇ ਰਸਤੇ ਖਾਰਜ ਹੋ ਜਾਂਦੇ ਨੇ। ਔਰ ਉਹਨੂੰ ਇਸਤੇਮਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਉਹਨੂੰ ਪੀਸ ਕੇ ਪਾਊਡਰ ਬਣਾ ਕੇ ਔਰ ਉਹਨੂੰ ਉਸਨੂੰ ਸ਼ਹਿਦ ਦੇ ਅੰਦਰ ਮਿਲਾ ਕੇ ਅਤੇ ਫਿਰ ਇਸਤੇਮਾਲ ਕਰਨਾ ਚਾਹੀਦਾ। ਪਪੀਤੇ ਦੇ ਪੱਤਿਆਂ ਦਾ ਪਾਣੀ ਉਬਾਲ ਕੇ ਔਰ ਉਹ ਜਾਨਵਰਾਂ ਦੀ ਬਿਮਾਰੀ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਕਿ ਅਗਰ ਘੋੜੇ ਵਗੈਰਾ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਕਬਜ਼ ਦੀ ਸ਼ਕਲ ਵਿੱਚ ਉਹਨਾਂ ਨੂੰ ਇਸਤੇਮਾਲ ਕਰਵਾਇਆ ਜਾਂਦਾ ਹੈ। ਦੇਖੋ ਦੋਸਤੋ, ਇਹ ਅੱਲਾਹ ਦੀ ਸ਼ਾਨ ਹੈ ਕਿ ਇੱਕ ਅਗਰ ਫਲ ਹੈ, ਇਹ ਫਲ ਖਾਇਆ ਵੀ ਜਾਂਦਾ ਹੈ, ਲੇਕਿਨ ਇਸ ਦੇ ਨਾਲ ਦੇਖੋ ਅੱਲਾਹ ਤਾਲਾ ਨੇ ਕਿੰਨੀਆਂ ਸ਼ਿਫਾਵਾਂ ਰੱਖੀਆਂ ਨੇ। ਔਰ ਕੁਛ ਐਸੀਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹਨੂੰ ਇਸਤੇਮਾਲ ਕਰਨਾ ਜ਼ਿਆਦਾ ਮੁਫੀਦ ਹੁੰਦਾ ਹੈ। ਹਾਲਾਂਕਿ ਦੇਖੋ, ਅਗਰ ਕੋਈ ਬਿਮਾਰੀ ਵੀ ਨਹੀਂ ਹੈ ਬੰਦੇ ਨੂੰ ਤਾਂ ਫਿਰ ਵੀ ਉਹ ਇਸਤੇਮਾਲ ਕਰ ਸਕਦਾ ਹੈ ਔਰ ਉਸਦੇ ਫਿਰ ਵੀ ਉਸਦੇ ਕਾਫੀ ਫਾਇਦੇ ਹੁੰਦੇ ਨੇ। ਦੋਸਤੋ, ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੇਗੀ ਔਰ ਵੀਡੀਓ ਦੇ ਐਂਡ ਦੇ ਤੁਹਾਨੂੰ ਇਸਦਾ ਪੌਦਾ ਔਰ ਇਸਦੀ ਸਾਰੀ ਸ਼ਨਾਖਤ ਜਿਹੜੀ ਨਾ ਉਹ ਵੀ ਦਿਖਾਈ ਜਾਏਗੀ। ਅਤੇ ਦੋਸਤੋ, ਲਾਈਕ ਕਰਿਓ, ਸ਼ੇਅਰ ਕਰਿਓ ਔਰ ਸਬਸਕ੍ਰਾਈਬ ਵੀ ਕਰਿਓ ਔਰ ਦੁਆਵਾਂ 'ਚ ਵੀ ਯਾਦ ਰੱਖਿਓ। ਅੱਲਾਹ ਤਾਲਾ ਤੁਹਾਡੇ 'ਤੇ ਵੀ ਰਹਿਮਤ ਕਰੇ। ਹੁਣ ਇਜਾਜ਼ਤ ਚਾਹੁੰਦੇ ਹਾਂ, ਅਗਲੀ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਦੋਸਤੋ, ਤੁਹਾਡੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਵਜ੍ਹਾ ਤੋਂ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਦਿੱਤੀਆਂ ਗਈਆਂ ਨੇ ਇਸ ਵਜ੍ਹਾ ਤੋਂ ਦੇਈਦੀਆਂ ਨੇ। ਤਸਵੀਰਾਂ ਦੇ ਵਿੱਚ ਸਾਰੀ ਸ਼ਨਾਖਤ ਕਰਾਈ ਦੀ ਹੈ ਕਿ ਜਿਹੜੀ ਤੁਹਾਡੀ ਨੌਲੇਜ ਵਾਸਤੇ, ਤੁਹਾਡੀ ਜਾਣਕਾਰੀ ਵਾਸਤੇ ਇਹ ਤਸਵੀਰਾਂ ਦਾ ਫੁੱਲ ਹੈਗੇ ਨੇ ਔਰ ਇਹ ਤਸਵੀਰਾਂ ਦਾ ਫਲ ਹੈਗਾ ਹੈ। ਔਰ ਦੇਖੋ, ਇਹ ਤਸਵੀਰ ਦੇ ਜਿਹੜੀ ਬੂਟੀ ਦੇ ਨਾਲ ਪੱਤੇ ਨੇ ਔਰ ਜਿਹੜੀ ਬੂਟੀ ਦੀ ਟਹਿਣੀ ਹੈ। ਦੇਖੋ ਦੋਸਤੋ, ਇਹ ਅੱਲਾਹ ਦੀ ਸ਼ਾਨ ਹੈ ਕਿ ਕਿਸੇ ਜਿਹੜੀ ਬੂਟੀ ਦੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਦੋਸਤੋ, ਤੁਹਾਡੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਵਜ੍ਹਾ ਤੋਂ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਦਿੱਤੀਆਂ ਗਈਆਂ ਨੇ ਇਸ ਵਜ੍ਹਾ ਤੋਂ ਦੇਈਦੀਆਂ ਨੇ ਤਸਵੀਰਾਂ ਦੇ ਵਿੱਚ ਸਾਰੀ ਸ਼ਨਾਖਤ ਕਰਾਈ ਦੀ ਹੈ ਕਿ ਜਿਹੜੀ ਤੁਹਾਡੀ ਨੌਲੇਜ ਵਾਸਤੇ, ਤੁਹਾਡੀ ਜਾਣਕਾਰੀ ਵਾਸਤੇ ਇਹ ਤਸਵੀਰਾਂ ਦਾ ਫੁੱਲ ਹੈਗੇ ਨੇ ਔਰ ਇਹ ਤਸਵੀਰਾਂ ਦਾ ਫਲ ਹੈਗਾ ਹੈ। ਔਰ ਦੇਖੋ, ਇਹ ਤਸਵੀਰ ਦੇ ਜਿਹੜੀ ਬੂਟੀ ਦੇ ਨਾਲ ਪੱਤੇ ਨੇ ਔਰ ਜਿਹੜੀ ਬੂਟੀ ਦੀ ਟਹਿਣੀ ਹੈ। ਦੇਖੋ ਦੋਸਤੋ, ਇਹ ਅੱਲਾਹ ਦੀ ਸ਼ਾਨ ਹੈ ਕਿ ਕਿਸੇ ਜਿਹੜੀ ਬੂਟੀ ਦੀ